ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਪਣੇ YouTube ਚੈਨਲ ਦੇ ਉੱਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਹੋਵੋਗੇ ਤੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਆਪਾਂ ਆਏ ਹੋਏ ਜੀ ਬਹਿਨ ਯੂਪੀ ਦੇ ਵਿੱਚ ਹੈ ਜੀ ਸਹਾਰਨਪੁਰ ਤੋਂ ਥੋੜ੍ਹਾ ਜਿਹਾ 30-35 ਕਿਲੋਮੀਟਰ ਅੱਗੇ ਪਿੰਡ ਪੈਂਦਾ। ਉੱਥੇ ਨਗਰ ਕੀਰਤਨ 'ਚ ਹਾਜ਼ਰੀ ਭਰਨ ਆਏ ਜੀ ਇੰਟਰਨੈਸ਼ਨਲ ਦੁਪਹਿਰ ਖਾਲਸਾ ਗੋਲਡ ਮੈਡਲਿਸਟ ਰਾਜਪੁਰਾ ਜੋ ਆਪ ਜੀ ਨੂੰ ਆਪਣੇ ਵਲੋਗਾਂ ਦੇ ਰਾਹੀਂ ਦੱਸਦੇ ਰਹਿੰਦੇ ਆ ਜੀ ਕਿੱਥੇ ਕਿੱਥੇ ਟੂਰ ਕਰਨਗੇ। ਅੱਜ ਯੂਪੀ 'ਚ ਆਏ ਹੋਏ ਆ, ਗੱਤਕੇ ਦੀ ਹਾਜ਼ਰੀ ਚੱਲ ਰਹੀ ਹੈ, ਨਿਰੰਤਰ ਪਿੱਛੇ ਸਿੰਘ ਆ ਰਹੇ ਆ। ਇੱਕ ਵਾਰੀ ਸਾਰਾ ਸੈਟਅਪ ਸੈੱਟ ਹੋ ਜਾਏ ਕਿਉਂਕਿ ਰੋਡ ਤੋਂ ਮੇਨ ਰੋਡ ਤੋਂ ਜਾ ਰਹੇ ਹਾਂ ਜੀ। ਮੇਨ ਰੋਡ 'ਤੇ ਇੱਕ ਵਾਰੀ ਸੈੱਟ ਹੋਣ ਤੋਂ ਬਾਅਦ ਸਾਰਾ ਨਗਰ ਕੀਰਤਨ ਇੱਕ ਲੈਚ ਹੋ ਜੂਗਾ, ਉਸ ਤੋਂ ਬਾਅਦ ਆਪ ਜੀ ਗੱਤਕੇ ਦੀ ਹਾਜ਼ਰੀ ਨਾਲ ਜੋੜਾਂਗੇ ਜੀ। ਸੋ ਜਿਹੜੇ ਵੀਰ ਨਵੇਂ ਸਾਡੀ ਵੀਡੀਓ ਨਾਲ ਜੁੜ ਰਹੇ ਆ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਕੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਸਤਿਸੰਗ ਜੀ, ਉਹ ਕਈ ਸਿੰਘ ਉੱਠ ਚੁੱਕੇ ਆ ਅਤੇ ਕਈ ਅਜਿਹੇ ਆਰਾਮ ਫਰਮਾ ਰਹੇ ਬੇਦੀ ਸਾਹਿਬ ਮੇਰੇ ਵਿੱਚ ਹੱਸ ਰਹੇ ਆ। ਗੁਰਜੀਤ ਸਿੰਘ ਜੀ ਦਾ ਮਾਲਾ ਬਣ ਰਿਹਾ, ਹੌਲੀ ਹੌਲੀ ਕਰਕੇ ਸਾਰੇ ਸਿੰਘ ਤਿਆਰ ਹੋ ਜਾਣ ਕਿਉਂਕਿ ਥੋੜ੍ਹੇ ਟਾਈਮ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੈ ਜੀ। ਲਓ ਜੀ ਹੁਣ ਨਗਰ ਕੀਰਤਨ ਦੀ ਤਿਆਰੀ ਹੈ। 5 ਨਿਸ਼ਾਨਚੀ ਸਿੰਘ ਅਤੇ ਉਸ ਤੋਂ ਬਾਅਦ 5 ਪਿਆਰੇ ਸਾਹਿਬਾਨ ਅਤੇ ਉਹ ਗੁਰੂ ਮਹਾਰਾਜ ਜੀ ਛਤਰਸ਼ਾਹ ਹੇਠ ਨਗਰ ਕੀਰਤਨ ਆਰੰਭ ਹੋਣ ਵਾਲਾ ਹੈ। ਇੰਟਰਨੈਸ਼ਨਲ ਰਵੈਰ ਖਾਲਸਾ ਗੱਤਕਾ ਗਰੁੱਪ ਵੱਲੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਗੱਤਕੇ ਦੀ ਹਾਜ਼ਰੀ ਭਰੀ ਜਾਣੀ ਹੈ। ਪੂਰੇ ਬਲੋਗ ਨਾਲ ਆਪ ਜੀ ਨੂੰ ਜੋੜਾਂਗੇ ਜੀ, ਅਤੇ ਇਸੇ ਤਰ੍ਹਾਂ ਬਣੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵਧੀਆ ਵਧੀਆ ਵੀਡੀਓਸ ਤੁਹਾਡੇ ਵਾਸਤੇ ਅਸੀਂ ਬਣਾਉਂਦੇ ਰਹਿੰਦੇ ਹਾਂ। ਅਤੇ ਆਪ ਸਭ ਸੰਗਤ ਨੇ ਪਿਆਰ ਦੇਣਾ, ਹਰ ਵਾਰੀ ਪਿਆਰ ਦੇਣੇ ਹੋ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਅਤੇ ਆਪ ਜੀ ਦੇ ਵਾਸਤੇ ਇਹੋ ਜਿਹੀ ਵੀਡੀਓ ਅਸੀਂ ਬਣਾਉਂਦੇ ਰਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।